ਸੋ ਅੱਜ ਜਿਹੜੇ ਗ੍ਰੈਂਡ ਫਿਨਾਲੀ ਸਾਡੀ ਟਾਕ ਹੈਗੀ ਆ ਉਹ ਆਪਣੇ ਡਾਕਟਰ ਦਲਵੀਰ ਸਿੰਘ ਪੰਨੂ ਆਈ ਥਿੰਕ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਯੂ ਪ੍ਰੋਬਲੀ ਨੋ ਹਿਮ ਐਜ਼ ਅ ਡੈਂਟਿਸਟ ਬਟ ਆਈ ਨੋ ਹਿਮ ਐਜ਼ ਅ ਮੋਰ ਦੈਨ ਅ ਡੈਂਟਿਸਟ ਫਰੋਮ ਅ ਪਰਸਨ ਵਿਦ ਅ ਸਾਇੰਟਿਫਿਕ ਬੈਕਗਰਾਊਂਡ ਇਨ ਟੂ ਅ ਸਪਿਰਚੁਅਲ ਸਾਈਡ ਯੂ ਨੋ ਇਨ ਦ ਐਂਡ ਬੰਦਾ ਉੱਥੇ ਹੀ ਜਾ ਕੇ ਕਹਿੰਦੇ ਗੱਲ ਮੁੱਕਦੀ ਆ ਜਦੋਂ ਤੁਹਾਡੀ ਰੱਬ ਦੇ ਨਾਲ ਲਿਵ ਲੱਗਦੀ ਆ ਅਤੇ ਤੁਹਾਨੂੰ ਉਹ ਗੱਲਾਂ ਹੌਲੀ ਹੌਲੀ ਸਮਝ ਆਉਣੀਆਂ ਆਉਂਦੀਆਂ ਪਰ ਕਈ ਵਾਰੀ ਇੱਥੇ ਆਪਣੇ ਬੋਬ ਸਿੰਘ ਜੀ ਬੈਠੇ ਨੇ ਇਹਨਾਂ ਨੇ ਉੱਥੇ ਕੁਐਸਚਨ ਵੀ ਉਠਾਇਆ ਸੀਗਾ ਵੀ ਤੁਸੀਂ ਹਰ ਸ਼ਬਦ ਕਹਿ ਦਿੰਦੇ ਆ ਇਹਨਾਂ ਨੂੰ ਇੰਡਸਟਰੀ 'ਚ ਵੀ ਗੁਰੂ ਨਾਨਕ ਦਾ ਲਿਖਿਆ ਕਈ ਵਾਰੀ ਗੁਰੂ ਨਾਨਕ ਦਾ ਨਾਮ ਯੂਜ਼ ਕੀਤਾ ਜਾਂਦਾ ਦੂਜੇ ਗੁਰੂਆਂ ਨੇ ਵੀ ਯੂਜ਼ ਕੀਤਾ ਪਰ ਉਹਦੇ ਨਾਲ ਸਲੋਕ ਮਹੱਲਾ ਲਾਇਆ ਹੁੰਦਾ ਸੋ ਜੋ ਪੰਨੂ ਸਾਹਿਬ ਦਾ ਟੋਪਿਕ ਆ ਮੈਂ ਕਦੇ ਇਹ ਟੋਪਿਕ ਨਹੀਂ ਸੁਣਿਆ ਬੜਾ ਇੰਟਰਸਟਿੰਗ ਟੋਪਿਕ ਆ ਇਹ ਦੱਸਣਗੇ ਅੱਜ ਵੀ ਜੇ ਤੁਹਾਨੂੰ ਉਹ ਸੋਰਸ ਪਤਾ ਹੋਵੇ ਵੀ ਉਹ ਸ਼ਬਦ ਜਾਂ ਬਾਣੀ ਅਤੇ ਕੀ ਸੋਰਸ ਆ ਦੈਨ ਉਸ ਕੰਟੈਕਸਟ ਦੇ ਵਿੱਚ ਤੁਹਾਨੂੰ ਜਿਹੜਾ ਉਹਦਾ ਮਤਲਬ ਆ ਹੋਰ ਵੀ ਗਹਿਰਾਈ ਨਾਲ ਸਮਝ ਆ ਸਕਦਾ ਸਭ ਤੋਂ ਪਹਿਲਾਂ ਜੁਗੋ ਜੁਗਟਾਓ ਤੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਮੈਂ ਕੋਟ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਇਸ ਨਿਮਾਣੇ ਜਿਹੇ ਨੂੰ ਇਹ ਮੌਕਾ ਦਿੱਤਾ ਕਿ ਅੱਜ ਜੋ ਮੇਰੀ ਆਪਣੀ ਪਰਸਨਲ ਜਰਨੀ ਹੈ ਗੁਰਬਾਣੀ ਸਿੱਖਣ ਦੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ ਮੈਂ ਕੋਈ ਸਿੱਖ ਸਕੋਲਰ ਨਹੀਂ ਹੈਗਾ ਜਾਂ ਮੈਂ ਕੋਈ ਸਿੱਖ ਹਿਸਟਰੀ ਜਾਂ ਫਿਲੋਸਫੀ ਦਾ ਵਿਦਵਾਨ ਨਹੀਂ ਹੈਗਾ ਮੈਂ ਤਾਂ ਖੁਦ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜੀ ਮੈਨੂੰ ਔਕੜਾਂ ਆ ਰਹੀਆਂ ਜਾਂ ਜੋ ਮੈਨੂੰ ਗੱਲਾਂ ਇੰਟਰਸਟਿੰਗ ਲੱਗਦੀਆਂ ਕਿ ਮੈਂ ਸ਼ੇਅਰ ਕਰਾਂ ਤੁਸੀਂ ਜ਼ਿਆਦਾਤਰ ਯੂ ਹੈਵ ਬਿਨ ਆਲਰੇਡੀ ਆਈ ਹਰਡ ਯੂ ਲੋਟ ਆਫ ਯੂ ਔਨ ਦ ਸਟੇਜ ਟੂਡੇ ਸੋ ਯੂ ਹੈਵ ਕਵਰਡ ਅ ਲੋਟ ਆਫ ਥਿਓਲੋਜੀ ਪਾਰਟ ਜੋ ਸਿੱਖ ਫਿਲੋਸਫੀ ਹੈਗੀ ਉਹ ਆਪਾਂ ਅੱਜ ਸਵੇਰ ਦੀ ਕਾਫੀ ਕਵਰ ਕੀਤੀ ਹੈ ਐਂਡ ਪਰਸਨਲੀ ਆਈ ਲਰਨਡ ਅ ਲੋਟ ਫਰੋਮ ਮੈਨੀ ਆਫ ਦ ਸਪੀਕਰਸ ਟੂਡੇ ਮੇਰਾ ਟੋਪਿਕ ਹੈਗਾ ਆ ਆਈ ਵੁੱਡ ਲਾਈਕ ਐਵਰੀ ਵਨ ਟੂ ਫੋਕਸ ਲੈਟਸ ਗੋ ਬੈਕ 1603 1604 1602 ਜਿਹੜੇ ਦੋ ਤਿੰਨ ਸਾਲ ਹੈਗੇ ਆ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੀ ਬਾਣੀ ਨੂੰ ਕਿਸ ਤਰ੍ਹਾਂ ਕੋਆਰਡੀਨੇਟ ਕਰ ਰਹੇ ਆ ਅਰੇਂਜ ਕਰ ਰਹੇ ਆ ਤਾਂ ਕਿ ਆਪਾਂ ਲੋਕ ਜਦੋਂ ਉਸ ਨੂੰ ਪੜ੍ਹੀਏ ਹੁਣ ਜਦੋਂ 2019 ਵਿੱਚ ਆਪਾਂ ਉਹਨੂੰ ਪੜ੍ਹਦੇ ਹਾਂ 16ਵੀਂ 17ਵੀਂ ਸਦੀ ਦੀ ਜਿਹੜੀ ਚੀਜ਼ ਲਿਖੀ ਹੋਈ ਹੈ ਉਹਨੂੰ 51ਵੇਂ ਸਲੋਕ 'ਚ ਕਹਿ ਰਹੇ ਆ ਫਰੀਦ ਨੋਟ ਈਵਨ ਅ ਡਰੋਪ ਆਫ ਬਲੱਡ ਵਿਦ ਇਸ਼ੂ ਫੋਰਥ ਇਫ ਸਮਨ ਕੱਟ ਮਾਈ ਬਾਡੀ ਨੈਕਸਟ ਸਲੋਕ ਇਟ ਸੇਜ਼ ਦਿਸ ਬਾਡੀ ਇਜ਼ ਆਲ ਬਲੱਡ ਵਿਦਆਊਟ ਬਲੱਡ ਦ ਬਾਡੀ ਕੁੱਡ ਨੋਟ ਐਗਜ਼ਿਸਟ ਜਿਹੜਾ ਰੱਬ ਦੇ ਰੰਗ ਵਿੱਚ ਰਚ ਗਿਆ ਖੂਨ ਤਾਂ ਉਹ 'ਚ ਹੈਗਾ ਆ ਮਤਲਬ ਇਹ ਨਹੀਂ ਵੀ ਖੂਨ ਹੀ ਨਹੀਂ ਹੈਗਾ ਪਰ ਲੋਭ ਰਤ ਜਿਹੜਾ ਹੈਗਾ ਆ ਉਹ ਮਿਸਿੰਗ ਹੋਊਗਾ ਸੋ ਹੀ ਇਜ਼ ਕਲੈਰੀਫਾਇੰਗ ਬਾਈ ਐਡਿੰਗ ਦੈਟ ਲਾਈਨ ਟੂ ਸ਼ੇਖ ਫਰੀਦ ਜੀ ਸੋ ਜਦੋਂ ਆਪਾਂ ਪਾਣੀ ਪੜ੍ਹਦੇ ਹਾਂ ਘਰ ਵੀ ਹੈਵ ਟੂ ਰਿਮੈਂਬਰ ਮੈਂ ਰੈਡ ਇਸ ਕਰਕੇ ਕੀਤਾ ਹੋਇਆ ਇਹੀ ਜਿਹੜੀ ਪਹਿਲੀ ਸਲਾਈਡ ਹੈਗੀ ਆ ਕਿ ਜਦੋਂ ਦੋਨੋਂ ਹੀ ਸਲੋਕ ਆਉਂਦੇ ਆ 51 ਔਰ 52 ਦੇਰ ਇਜ਼ ਮੁਹੱਲਾ ਤੀਜਾ ਵਿਚ ਹੈਜ਼ ਅ ਵੈਰੀ ਸਟਰੋਂਗ ਸਿਗਨੀਫੀਕੈਂਟ ਮੀਨਿੰਗ ਇਫ ਵੀ ਮਿਸ ਇਟ ਵੀ ਮਿਸ ਦਾ ਹੋਲ ਪੁਆਇੰਟ ਜਿਹੜੀ ਪਹਿਲੀ ਐਗਜ਼ਾਮਪਲ ਸੀ ਦੋਜ਼ ਵਰ ਈਜ਼ੀ ਐਗਜ਼ਾਮਪਲ ਬਿਕੋਜ਼ ਵੈਨ ਵੀ ਰੀਡ ਗੁਰਬਾਣੀ ਇਟ ਸੇਜ਼ ਦੇਅਰ ਮੁਹੱਲਾ ਤੀਜਾ ਆ ਗਿਆ ਸੀ ਪਰ ਆਹ ਹੁਣ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਟ ਇਜ਼ ਲਾਈਕ ਦਿਸ ਇਨ ਗੁਰਬਾਣੀ ਇਹ ਵਾਲੀ ਜਿਹੜੀ ਲਾਈਨ ਹੈਗੀ ਆ ਹੁਣ ਗੁਰਬਾਣੀ 'ਚ ਵੀ ਇੱਦਾਂ ਲਿਖਿਆ ਹੋਇਆ ਤਾਂ ਕਰਕੇ ਉਹਨੂੰ ਮੈਂ ਸੱਜੇ ਖੱਬੇ ਇੱਦਾਂ ਨਹੀਂ ਦਿਖਾਇਆ ਹੁਣ ਨਾਓ ਆਈ ਲਾਈਕ ਟੂ ਆਸਕ ਯੂ ਕਿ ਇਹਦੇ ਵਿੱਚ ਆਪਾਂ ਨੂੰ ਕੀ ਹਿੰਟ ਮਿਲਦਾ ਹੈ ਕਿ ਇਹ ਸ਼ੇਖ ਫਰੀਦ ਜੀ ਦਾ ਜਿਹੜਾ ਨੰਬਰ 32 ਹੈਗਾ ਉਹ ਸ਼ਲੋਕ ਨਹੀਂ ਹੈਗਾ ਐਗਜੈਕਟਲੀ ਸੋ ਦੈਟ ਇਜ਼ ਅ ਵੈਰੀ ਗੁੱਡ ਸਿੰਪਲ ਆਨਸਰ ਆਪਾਂ ਨੂੰ ਵੀ ਹੈਵ ਟੂ ਥਿੰਕ ਦੀਸ ਥਿੰਗਸ ਸ਼ੇਖ ਫਰੀਦ ਦੀ ਡੈਥ ਤੋਂ 200 ਸਾਲ ਬਾਅਦ ਪਹਿਲੇ ਪਾਤਸ਼ਾਹ ਦਾ ਜਨਮ ਹੁੰਦਾ ਹੈ ਸੋ ਦੇਰ ਇਜ਼ ਡਿਫਰੈਂਸ ਆਫ ਅਬਾਊਟ 2.5 ਸੈਂਚਰੀਜ਼ ਬਿਟਵੀਨ ਗੁਰੂ ਨਾਨਕ ਐਂਡ ਸ਼ੇਖ ਫਰੀਦ ਸ਼ੇਖ ਫਰੀਦ ਦੀ ਜਿਹੜੀ ਬਾਣੀ ਹੈਗਾ ਉਹ 'ਚ ਨਾਨਕ ਵਰਡ ਆ ਹੀ ਨਹੀਂ ਸਕਦਾ ਬਿਕੋਜ਼ ਹੀ ਇਜ਼ ਕੋਟਿੰਗ ਨਾਨਕ ਦੈਟ ਮੀਨਸ ਇਟ ਇਜ਼ ਸਿੱਖ ਗੁਰੂ ਪਰ ਹੁਣ ਜਿੱਦਾਂ ਗਿੱਲ ਸਾਹਿਬ ਨੇ ਵੀ ਕਿੱਥੇ ਨੇ ਗਿੱਲ ਸਾਹਿਬ ਹਾਂਜੀ ਉਹ ਬੈਠੇ ਨੇ ਉਹ ਕੁਸ਼ਚਨ ਪੁੱਛ ਰਿਹਾ ਸੀ ਵੀ ਨਾਨਕ ਵਰਡ ਆ ਜਾਂਦਾ ਵੀ ਗੁਰੂ ਨਾਨਕ ਜੀ ਵੀ ਦੇ ਪਾਤਸ਼ਾਹ ਦਾ ਇਹ ਸਲੋਕ ਹੈਗਾ ਨੋ ਨਾਨਕ ਵਰਡ ਕੈਨ ਬੀ ਰਿਟਨ ਬਾਏ ਐਨੀ ਸਿੱਖ ਗੁਰੂਜ਼ ਬਾਣੀ ਦੇ ਵਿੱਚ ਹਰੇਕ ਸਿੱਖ ਗੁਰੂ ਨੇ ਐਜ਼ ਉਪਨਾਮ ਜਾਂ ਐਜ਼ ਏ ਕੋਟ ਕਰਦੇ ਆ ਉਹਨਾਂ ਨੇ ਜਦੋਂ ਵੀ ਕੋਟ ਕੀਤਾ ਹੈ ਦੇ ਹੈਵ ਯੂਜ਼ ਦ ਵਰਡ ਨਾਨਕ ਸੋ ਲੈਟਸ ਟਰਾਈ ਟੂ ਫਾਇੰਡ ਆਊਟ ਇਸ ਚੀਜ਼ ਦਾ ਕਿੱਦਾਂ ਪਤਾ ਲੱਗੂਗਾ ਵੀ ਇਹ ਜਿਹੜਾ ਸਲੋਕ ਨੰਬਰ 32 ਹੈਗਾ ਇਹ ਕਿਸ ਨੇ ਲਿਖਿਆ ਹੋਇਆ ਕਿਸ ਦੀ ਰਚਨਾ ਹੈਗੀ ਹੈ ਰਚਨਾਕਾਰ ਕੌਣ ਹੈਗਾ ਜਿਹੜੀ ਹੁਣ ਆਪਾਂ ਲਾਈਨ ਦੇਖ ਕੇ ਹਟੇ ਹਾਂ ਉਹ 1379 ਅੰਗ ਨੰਬਰ ਉੱਪਰ ਹੈਗੀ ਹੈ ਬਟ ਵੈਨ ਵੀ ਗੋ ਟੂ ਅੰਗ ਨੰਬਰ 1088 ਰਾਗ ਮਾਰੂ ਦੇ ਵਿੱਚ ਲਿਖਿਆ ਹੋਇਆ ਸਸੁਰੇ ਪਈਏ ਕੰਤ ਕੀ ਕੰਤ ਅਗ ਮਥਾ ਨਾਨਕ ਤਨ ਸੁਹਾਗਣੀ ਜੋ ਬਾਵੇ ਬੇਪਰਵਾਹ ਟਰਾਈ ਟੂ ਸੀ ਦਾ ਡਿਫਰੈਂਸ ਇਨ ਦ ਟੂ ਓਨਲੀ ਡਿਫਰੈਂਸ ਇਜ਼ ਸਹੁਰੇ ਦੀ ਜਗ੍ਹਾ ਸਸੁਰੇ ਹੋ ਗਿਆ ਇੱਥੇ ਬਹੁਤ ਕਲੀਅਰਲੀ ਮਹੱਲਾ ਪਹਿਲਾਂ ਲਿਖਿਆ ਹੋਇਆ ਇੱਥੋਂ ਹੁਣ ਆਪਾਂ ਨੂੰ ਕਈ ਵਾਰੀ ਇਹ ਕੁਸ਼ਚਨ ਆਉਂਦਾ ਕਿ ਬਾਣੀ ਦੇ ਕਈ ਸਲੋਕ ਜਿਹੜੇ ਹੈਗੇ ਦੁਬਾਰਾ ਆ ਜਾਂਦੇ ਆ ਨਾਓ ਦਿਸ ਸਟਾਰਟ ਮੇਕਿੰਗ ਸੈਂਸ 1383 ਵਿੱਚ ਫਰੀਦ ਸਾਹਿਬ ਕਹਿ ਰਹੇ ਆ ਕਿ ਆਈ ਹੈਵ ਟੋਰਨ ਮਾਈ ਕਲੋਥਸ ਟੂ ਟੈਟਰਸ ਮੈਂ ਆਪਣੇ ਜਿਹੜੇ ਹੈਗੇ ਆ ਪਟੋਲਾ ਪਾੜ ਦਿੱਤਾ ਸੱਜੇ ਪਾਸੇ ਕਹਿ ਰਹੇ ਆ ਕਾਏ ਪਟੋਲਾ ਪਾੜਤੀ ਹੀ ਸਿੰਘ ਵਾਈ ਡਿਡ ਯੂ ਟੇਅਰ ਪਾਰਟ ਯੂਰ ਫਾਈਨ ਕਲੋਥਸ ਖੱਬੇ ਪਾਸੇ ਕਹਿ ਰਹੇ ਆ ਨਾਓ ਆਈ ਵੇਅਰ ਓਨਲੀ ਅ ਰਫ ਬਲੈਂਕਟ ਔਨ ਦ ਰਾਈਟ ਸਾਈਡ ਇਜ਼ ਸੇਇੰਗ ਵਾਈ ਆਰ ਯੂ ਟੇਕਿੰਗ ਟੂ ਵੇਅਰ ਅ ਰਫ ਬਲੈਂਕਟ ਲੈਫਟ ਸਾਈਡ ਇਜ਼ ਸੇਇੰਗ ਟਿਪੀਕਲ ਸੂਫੀਆਨਾ ਸਟਾਈਲ ਆਈ ਵੇਅਰ ਓਨਲੀ ਦੋਜ਼ ਕਲੋਥਸ ਵਿਚ ਵਿਲ ਲੀਡ ਮੀ ਟੂ ਮੀਟ ਮਾਈ ਲਾਰਡ ਕਿ ਮਤਲਬ ਮੈਨੂੰ ਇਹ ਕੱਪੜੇ ਪਾੜ ਕੇ ਮਤਲਬ ਇੱਦਾਂ ਫਕੀਰਾਂ ਵਾਲੀ ਜਿਹੜੀ ਭੇਸ ਬੇਸ ਬਣ ਕੇ ਮਤਲਬ ਆਈ ਹੈਵ ਟੂ ਮੀਟ ਦਾ ਲਾਰਡ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਨਾਲ ਦੀ ਲਾਈਨ ਕਹਿ ਰਹੀ ਹੈ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਤ ਤੇ ਰਾਸ ਕਰੇ ਯੂ ਡੋਂਟ ਹੈਵ ਟੂ ਡੂ ਦਿਸ ਥਿੰਗਸ ਯੂ ਡੋਂਟ ਹੈਵ ਟੂ ਐਕਚੁਲੀ ਟੀਅਰ ਅਪਾਰਟ ਐਨੀਥਿੰਗ
if you, your mind is in the right place, that's the key word here, your mind is in the right place, you can do it all at your home. This is the Sikh philosophy that is developing right there, which is differentiating. Because in the 5th Patshah, we know that there were Udasi Sampradaya which are raised, there were a lot of things going on. So he has to kind of separate the philosophies very clearly by adding these lines. Left side, the carrier, my body is cooking like an oven. Right side, the carrier, do not heat up your body like an oven. Totally, like you just compare it. He's saying my bones are burning like firewood. Right side, carrier, do not burn your bones like firewood. Khabe pasa carrier, if I'm tired, I'm going to pair tang karke, sir thale karke, turke ungra banu mil layi. Idhar carrier, if unu kya phediya, andar phiri nihar, apne andar ho lab. How do we know that it's written by two different authors? Do rachnakar alag alag hai gaya. Let's see how we find it in Shri Guru Granth Sahib. It's like this. There is no transition there. Itthe koi likha nahi hai mahalla teesra ya, there is nothing. So how do we find it now? What do we do here now? How do we know these are two different voices? Because when we read Gurbani, apa sare paath karde hain jadon vi kai zyada karde hain kai ghat karde hain kai mere wale jadon load hundi hai bimar hunde udan karde hain everybody has different ways. Koi nitnem karda hai koi udan karda hai saal jadon onu koi pareshani aundi hai. But we all have done it, we do it. Frequency is different according to, you know, your needs or the way you take it. But when we go to ang number 1411, ang number 1411 te aunda hai khet pishane bije dan so khatri darga parwan lab lob je kood kamave apna kita aape paave tan na tapaye tyor tanur jyo balan had na bal sir pairi kya phediya andar pri samal. Is it becoming clear? Matlab ohi line ਇਹ ਪਹਿਲੀ ਪਾਤਸ਼ਾਹੀ ਦੀ ਬਾਣੀ ਹੈਗੀ ਆ ਸਲੋਕ ਵਾਰਾਂ ਤੇ ਵਧੀਕ ਸਲੋਕ ਵਾਰਾਂ ਦੇ ਵਧੀਕ ਹੈਗੇ ਵੀ ਜਦੋਂ ਗੁਰੂ ਸਾਹਿਬ ਨੇ ਬਾਣੀ ਰਚੀ ਹੈ ਉਹ ਸਾਰੇ ਸਲੋਕ ਸੀ ਉਹਨਾਂ ਕੋਲ ਕਈ ਗੁਰੂ ਸਾਹਿਬ ਦੀ ਵਾਰਾਂ ਸੀਗੀਆਂ ਪੂਰੀਆਂ ਬਣੀਆਂ ਜਿੱਦਾਂ ਪਹਿਲੇ ਪਾਤਸ਼ਾਹੀ ਦੀ ਵਾਰਾਂ ਸੀਗੀਆਂ ਪਰ ਦੂਜੇ ਪਾਤਸ਼ਾਹੀ ਜਾਂ ਕਿਤੇ ਹੋਰ ਉਹਨਾਂ ਕੋਲ ਸਲੋਕ ਸੀਗੇ ਸੋ ਹੀ ਫਿੱਟ ਐਵਰੀਥਿੰਗ ਜਿੰਨੇ ਵੀ ਸਲੋਕ ਸੀਗੇ ਉਹਨਾਂ ਨੇ ਵਾਰਾਂ ਦੇ ਵਿੱਚ ਐਡਜਸਟ ਕੀਤਾ ਪਰ ਉਸ ਤੋਂ ਬਾਅਦ ਵੀ ਕੁਝ ਐਕਸਟਰਾ ਬਚ ਗਏ ਸੀਗੇ ਵਿਚ ਹੀ ਡਿਡ ਨਾਟ ਪੁੱਟ ਇਨ ਟੂ ਦੈਟ ਕੈਟਾਗਰੀ ਸੋ ਐਟ ਦ ਐਂਡ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਮੇਡ ਇਟ ਸੈਪਰੇਟ ਐਂਟਰੀ ਸਲੋਕ ਵਾਰਾਂ ਤੇ ਵਧੀਕ ਫਰੀਦ ਜੀ ਕਹਿ ਰਿਹਾ ਵੀ ਇੰਨੀ ਦੁਨੀਆ ਤੋਂ ਦੁੱਖੀ ਆ ਮੈਂ ਕੋਠੇ ਚੜ੍ਹ ਕੇ ਵੀ ਦੇਖਾ ਤਾਂ ਹਰ ਪਾਸੇ ਅੱਗ ਹੀ ਲੱਗੀ ਆ ਨਾਲੇ ਆਨਸਰ ਕੀ ਮਿਲ ਰਿਹਾ ਫਰੀਦ ਵੀ ਇਹ ਜਿਹੜਾ ਸਭ ਕੁਝ ਦਿੱਤਾ ਹੈ ਜੋ ਦੁੱਖ ਵੀ ਹੈਗਾ ਵੀ ਰੱਬ ਦੇ ਦਿੱਤੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਤੂੰ ਜਿਹੜੇ ਇਹ ਗਾਰਡਨ ਆਫ ਥੋਨਸ ਹੈਗੇ ਆ ਜਿਹਨਾਂ ਨੂੰ ਰੱਬ ਨੇ ਜਦੋਂ ਹੱਥ ਰੱਖ ਦਿੱਤਾ ਤਾਂ ਉਹਨਾਂ ਦੇ ਵੀ ਜਿਹੜਾ ਹੈਗਾ ਉਹ ਝਰੀਟ ਵੀ ਨਹੀਂ ਆ ਸਕਦੀ ਦੈਟਸ ਵਾਟ ਦਾ ਆਨਸਰ ਰਾਈਟ ਦੇਅਰ ਵੀ ਜੇ ਪੀਰ ਨੇ ਨਵਾਜ਼ ਲਿਆ ਉਹਨਾਂ ਬਟ ਆਈ ਡੋਂਟ ਥਿੰਕ ਇਟ ਇਜ਼ ਕੰਟਰਾਡਿਕਟਰੀ ਇਟ ਇਜ਼ ਲਾਈਕ ਏ ਡਿਫਰੈਂਸ਼ੀਅਲ ਟ੍ਰੀਟਮੈਂਟ ਆਫ ਦਾ ਸਬਜੈਕਟ ਅਕੋਰਡਿੰਗ ਟੂ ਕੰਟੈਕਸਟ ਜਿਹੜੀ ਦੂਜੀ ਲਾਈਨ ਹੈਗੀ ਆ ਉਹ ਪਹਿਲੀ ਲਾਈਨ ਦਾ ਸਪੋਰਟਿੰਗ ਡਾਕੂਮੈਂਟ ਆਪਾਂ ਜਸਟ ਗਿਵ ਅ ਕੁਇਕ ਐਗਜ਼ਾਮਪਲ ਕਈ ਵਾਰੀ ਆਪਾਂ ਗੁਰਦੁਆਰਾ ਸਾਹਿਬ ਮੈਂ ਨੋਟ ਕਰਦਾ ਹੁੰਦਾ ਵੀ ਉਹ ਕੋਈ ਫਲਾਨਾ ਕੀਰਤਨੀ ਜਦ ਆਇਆ ਉਹਨੂੰ ਕੋਈ ਲਾਈਕ ਨਹੀਂ ਕਰਦਾ ਦੇ ਵਿਲ ਕਮ ਆਊਟਸਾਈਡ ਐਂਡ ਪ੍ਰੋਟੈਸਟਿੰਗ ਇਟ ਬਟ ਆਫਟਰ ਦਾ ਪ੍ਰੋਟੈਸਟ ਇਟਸ ਆਰ ਡਿਊਟੀ ਟੂ ਟੇਕ ਦੈਟ ਪਰਸਨ ਟੂ ਆਰ ਹਾਊਸ ਐਂਡ ਹੈਵ ਡਿਨਰ ਵਿਦ ਦੈਟ ਪਰਸਨ ਦੈਟਸ ਵਾਟ ਗੁਰੂ ਸਾਹਿਬ ਸਟੈਂਡ ਟੈਲ ਯੂ ਨੀਡ ਟੂ ਰਿਸਪੈਕਟ ਇਟ ਹੁਣ ਆਪਾਂ ਜਦੋਂ ਮੱਥਾ ਟੇਕਣ ਜਾਂਦੇ ਆ ਵੀ ਡੋਂਟ ਡਿਫਰੈਂਸ਼ੀਏਟ ਵੀ ਆਹ 81 ਵਾਲਾ ਲੱਗ ਗਿਆ ਜਾਂ 82 ਵਾਲਾ ਲੱਗ ਗਿਆ ਕਿੰਨੀ ਵੱਡੀ ਚੀਜ਼ ਉਹਨਾਂ ਨੇ ਆਪਣੇ ਲਈ ਸਟੈਬਲਿਸ਼ ਕਰਤੀ ਕਿ ਦੇਰ ਆਰ ਟੂ ਸੈਪਰੇਟ ਵਿਊ ਪੁਆਇੰਟਸ ਦੈਟ ਹੀ ਹੈਜ਼ ਪੁੱਟ ਟੁਗੇਦਰ ਬਟ ਯੂ ਹੈਵ ਟੂ ਗਿਵ ਇਕੁਅਲ ਰਿਸਪੈਕਟ ਟੂ ਦੈਟ ਓਕੇ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਹੋਇਆ ਮਹੱਲਾ ਪੰਜਵਾਂ ਸੋ ਇਟਸ ਵੈਰੀ ਕਲੀਅਰ ਸੋ ਦਿਸ ਇਜ਼ ਦ ਨੈਕਸਟ ਸਲਾਈਡ ਕਿ ਜਦੋਂ ਆਪਾਂ ਬਾਣੀ ਪੜਾਂਗੇ ਇਹ ਆਪਣੀ ਅੱਜ ਦੀ ਪਹਿਲੀ ਐਗਜ਼ਾਮਪਲ ਸੀ ਜਿਹਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਆਪਣਾ ਸਲੋਕ ਨਾਲ ਐਡ ਕੀਤਾ ਜਿੰਨੀ ਆਪਾਂ ਪਹਿਲਾਂ ਸਲਾਈਡ ਦੇਖੀਆਂ ਸੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਐਂਡ ਤੀਜੇ ਪਾਤਸ਼ਾਹ ਦੇ ਸਲੋਕ ਸੀਗੇ ਦਿਸ ਇਨ ਦਿਸ ਪਾਰਟੀਕੂਲਰ ਐਗਜ਼ਾਮਪਲ ਹੀ ਯੂਜ਼ਡ ਹਿਸ ਓਨ ਸਲੋਕ ਓਕੇ ਦਿਸ ਇਜ਼ ਵੈਰੀ ਇੰਟਰਸਟਿੰਗ ਵਨ ਇਹ ਹੁਣ ਫਲੀ ਸਲੋਕ ਸ਼ੇਤ ਫਰੀਕ ਜੀ ਦੇ ਵਿੱਚ ਹੀ ਹੈਗਾ ਆ ਬਟ ਕੈਨ ਸਮਵਨ ਟੈਲ 122 23 24 ਇਹਨਾਂ ਦਾ ਆਥਰ ਕੌਣ ਹੈਗਾ ਜਦੋਂ ਵੀ ਆਪਾਂ ਕਿਸੇ ਐਪ ਤੇ ਜਾਂਦੇ ਆ ਵੀ ਗੋ ਟੂ ਐਨੀ ਐਪ ਇਟ ਵਿਲ ਸੇ ਫਰੀਦ ਬਾਣੀ ਸਲੋਕ ਸ਼ੇਖ ਫਰੀਦ ਜੀ ਕੇ ਸੋ ਦੈਟਸ ਵਟ ਦ ਡਿਜੀਟਲ ਟੈਕਨੋਲੋਜੀ ਇਜ਼ ਗੋਨਾ ਗਿਵ ਅਸ ਬਟ ਵੈਰੀ ਇੰਟਰਸਟਿੰਗ ਥਿੰਗ ਇਜ਼ ਨਾਓ ਦਿਸ ਇਜ਼ ਆਲ ਰਿਟਨ ਔਨ 1384 ਜਿਹੜੀਆਂ ਪਹਿਲੀਆਂ ਦੋ ਲਾਈਨਾਂ ਹੈਗੀਆਂ ਉਹ 'ਚ ਕਹਿ ਰਿਹਾ ਵੀ ਜਦੋਂ ਉਹ ਹੰਸ ਨੇ ਬੱਗੇ ਨੇ ਦੇਖਿਆ ਜਿਹੜਾ ਬਗਲਾ ਸੀਗਾ ਉਹਨੇ ਹੰਸ ਨੂੰ ਦੇਖਿਆ ਉਹ ਉਹਦੀ ਨਕਲ ਕਰਨ ਲੱਗਾ ਉਹ ਨਕਲ ਕਰਦਾ ਕਰਦਾ ਉਹ ਪੁੱਠਾ ਹੋ ਗਿਆ ਸੋ ਹੀ ਇਜ਼ ਐਡਿੰਗ ਦ ਲਾਈਨ ਭਾਵੇਂ ਉਹ ਬਗਲਾ ਆ ਭਾਵੇਂ ਉਹ ਹੰਸ ਦੀ ਨਜ਼ਰ ਹੋ ਗਈ ਤਾਂ ਉਹਨੇ ਕਾਂ ਨੂੰ ਵੀ ਹੰਸ ਕਰ ਦੇਣਾ ਸੋ ਦੇਰ ਇਜ਼ ਏ ਆਨਸਰ ਰਾਈਟ ਦੇਅਰ ਐਂਡ ਦੈਨ 122 23 24 ਦੇ ਵਿੱਚ ਕਿ ਮਤਲਬ ਭਾਵੇਂ ਬਗਲਾ ਜਾਂ ਹੰਸ ਆ ਮਤਲਬ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਉਹਦੀ ਨਜ਼ਰ ਜਦੋਂ ਉਹਦੀ ਹੋ ਜਾਣੀ ਆ ਹੀ ਇਜ਼ ਗੋਨਾ ਪੁੱਟ ਐਵਰੀਥਿੰਗ ਟੁਗੇਦਰ ਯੂ ਡੋਂਟ ਵਰੀ ਈਵਨ ਇਫ ਯੂ ਆਰ ਇਨ ਦ ਲੋਐਸਟ ਰੰਗ ਆਫ ਦ ਸੋਸਾਇਟੀ ਇਦਰ ਇਟਸ ਕੈਸਟਿਜ਼ਮ ਔਰ ਇਟਸ ਰਿਲੀਜਨ ਔਰ ਕਲਰ ਵਟ ਐਵਰ ਯੂ ਥਿੰਕ ਇਟ ਉਹਦੀ ਬਸ ਉਹਦੀ ਇੱਕ ਨਜ਼ਰ ਜਿਹੜੀ ਆ ਸਵਾਲੀ ਚਾਹੀਦੀ ਹੈ ਨਾ ਹਾਊ ਡੂ ਵੀ ਫਾਈਂਡ ਕੀ ਹੈ ਕਿਹਦਾ ਲਿਖਿਆ ਹੋਇਆ ਲੈਟਸ ਗੋ ਟੂ ਦ ਨੈਕਸਟ ਸਲਾਈਡ ਇਹ ਹੁਣ ਜਿਹੜਾ ਆਪਾਂ ਪੜ੍ਹ ਕੇ ਹਟੇ ਹਾਂ ਉਹ 1384 ਤੇ ਸੀ ਬੋਪੜੇ ਸਿਰ ਤਲ ਉੱਪਰ ਪਾਓ ਪਰ ਵੈਨ ਵੀ ਗੋ ਟੂ ਅੰਗ ਨੰਬਰ 585 ਇਟਸ ਦ ਸੇਮ ਥਿੰਗ ਬਟ ਇਟ ਸੇਜ਼ ਮਹੱਲਾ ਤੀਜਾ ਓਨਲੀ ਡਿਫਰੈਂਸ ਇਜ਼ ਇਟ ਇਜ਼ ਇਨ ਏ ਆਪੋਜ਼ਿਟ ਸੀਕੁਐਂਸ ਉੱਧਰ ਉਹ ਲਾਈਨ ਉੱਪਰ ਹੈਗੀ ਆ
ਥੱਲੇ ਹੈਗੀ ਹੈ ਮੈਂ ਜਾਣਿਆ ਵਡਹਾਨ ਸਹਿ ਤਾਂ ਮੈਂ ਕੀਤਾ ਸੰਗ, ਇੱਧਰ ਉਹ ਲਾਈਨ ਜਿਹੜੀ ਹੈ ਉਹ ਉੱਪਰ ਸ਼ੁਰੂ ਹੁੰਦੀ ਹੈ। ਉਹ ਜਿਹੜਾ ਆਪਣਾ ਨੈਕਸਟ ਸਲੋਕ ਸੀਗਾ 124, ਉਹ ਗੁਰੂ ਸਾਹਿਬ ਨੇ ਕਿੱਥੋਂ ਲਿਆ? ਲੈਟਸ ਫਿਗਰ ਦੈਟ ਆਊਟ। ਜਦੋਂ ਆਪਾਂ ਜਾਂਦੇ ਹਾਂ ਅੰਗ ਨੰਬਰ 91 'ਤੇ, ਇਟ ਸੇਜ਼ ਮੁਹੱਲਾ ਪਹਿਲਾ, ਕਿਹਾ ਹੰਸ ਕਿਆ ਬਗਲਾ ਜਾ ਕੇ ਨਦਰ ਕਰੇ ਜੋ ਦਿਸ ਭਾਵੇਂ ਨਾਨਕਾ ਕਾਗੇ ਹੰਸ ਕਰੇ। ਬਿਕਮਸ ਕਲੀਅਰ ਰਾਈਟ ਕਿ ਮੁਹੱਲਾ ਪਹਿਲਾ ਪਹਿਲੇ ਪਾਤਸ਼ਾਹੀ ਦਾ ਹਾ ਸਲੋਕ ਹੈਗਾ, ਔਰ ਗੁਰੂ ਸਾਹਿਬ ਨੇ ਇਹਨੂੰ ਆਪਣੇ ਲੋਕਾਂ ਦੇ ਲਈ ਕਿੰਨੀ ਜ਼ਿਆਦਾ ਤਰਤੀਬ ਦੇ ਨਾਲ ਇਕੱਠਾ ਬੁਣ ਦਿੱਤਾ ਤਾਂ ਕਿ ਆਪਾਂ ਪਹਿਲੇ ਦੋ ਦਾ ਨਾਲ ਇਹ ਆਂਸਰ ਆਪਾਂ ਨੂੰ ਨਤੀਜੇ ਦੇ ਵਿੱਚ ਮਿਲ ਜਾਵੇ। ਆਲ ਦੀਜ਼ ਥ੍ਰੀ ਲਾਈਨਸ ਹੈਵ ਦੇ ਆਰ ਨੋਟ ਬਾਏ ਸ਼ੇਖ ਫਰੀਦ ਜੀ, ਦੀਜ਼ ਆਰ ਬਾਏ ਸਿੱਖ ਗੁਰੂਜ਼ ਦੀ। ਹੁਣ ਆਪਾਂ ਸਾਰੇ ਬੈਠੇ ਰੂਮ 'ਚ, ਜ਼ਿਆਦਾਤਰ ਤਾਂ ਤੁਹਾਨੂੰ ਪਤਾ ਸੀਗਾ ਜਿਹੜੀ ਮੈਂ ਗੱਲਾਂ ਦੱਸੀਆਂ, ਆਈ ਡੋਂਟ ਥਿੰਕ ਇਟ ਵਾਜ਼ ਐਨੀਥਿੰਗ ਨਿਊ, ਬਟ ਕਈ ਇਹੋ ਜਿਹੇ ਲੋਕ ਹੈਗੇ ਅੱਜ ਵੀ ਜਿਹਨਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਜਿਹੜੀਆਂ ਪਹਿਲਾਂ ਕਰਕੇ ਹੜਿਆ। ਇੱਦਾਂ ਹੀ ਜਦੋਂ ਵੀ ਕਿਸੇ ਨੇ ਆਹ ਬਾਲਾ ਜਨਮਸਾਖੀ ਦੀ ਆ ਪਹਿਲੀ ਲਿਥੋਗ੍ਰਾਫ ਕਾਪੀ ਹੈਗੀ ਆ 1883 ਵਿੱਚ ਚਿਰਾਗ ਦੀਨ ਦੇ ਕੋਲ ਛਪੀ ਹੋਈ, ਆਈ ਹੈਵ ਟੇਕਨ ਦਿਸ ਪਿਕਚਰ ਫਰੋਮ ਪੰਜਾਬ ਡਿਜੀਟਲ ਲਾਈਵ, ਇਹਦੇ ਵਿੱਚ ਉਹ ਲਿਖਦੇ ਆ ਗੁਰੂ ਨਾਨਕ ਜੀ ਕਸ਼ਮੀਰ ਗਏ, ਕਈ ਦਿਨ ਉੱਥੇ ਰਹੇ, ਲੋਕ ਬਹੁਤ ਉਹਨਾਂ ਦਾ ਉਧਾਰ ਕੀਤਾ, ਕੋਈ ਸਿੱਖ ਹੋਵੇ ਤਾਂ ਕਸ਼ਮੀਰ ਕਾ ਪੰਡਿਤ। ਇੰਟਰਸਟਿੰਗ ਥਿੰਗ ਇਜ਼ ਹੀ ਸੇਜ਼ ਤਾਂ ਗੁਰੂ ਜੀ ਨੇ ਸਲੋਕ ਕਿਹਾ, ਉਹ ਗੁਰੂ ਨਾਨਕ ਜੀ ਕੋਲੋਂ ਸਲੋਕ ਕਹਾ ਰਿਹਾ ਬ੍ਰਹਮਦਾਸ ਦੇ ਆਂਸਰ ਦੇ ਵਿੱਚ। ਹੀ ਸੇਇੰਗ ਗੁਰੂ ਜੀ ਨੇ ਸਲੋਕ ਕਿਹਾ ਰਾਗ ਮਹੱਲਾ ਵਿੱਚ, ਗੁਰ ਮਿਲੇ ਮਨ ਰਸੀਏ ਜਿਉਂ ਵਿੱਠੇ ਤਰਨ ਸੀਗਾ। ਸੋ ਦਿਸ ਇਜ਼ ਦ ਸਲੋਕ ਜਿਹੜਾ ਹੁਣ ਇਸ ਵੇਲੇ 1278 ਦੇ ਵਿੱਚ ਹੈਗਾ, ਗੁਰ ਮਿਲੀ ਮਨ ਰਸੀਏ ਜਿਉਂ ਵਿੱਠੇ ਤਰਨ ਸੀਗਾ, ਸਭ ਦਿਸੇ ਹਰਿਆਵਲੀ ਸਰ ਭਰੇ ਸੁਬਰਤਾਲ। ਪਰ ਸੋ ਹੀ ਇਜ਼ ਕਨੈਕਟਿੰਗ ਪਹਿਲੀ ਪਾਤਸ਼ਾਹੀ ਜਿਹਨਾਂ ਨੇ ਇਹ ਸਲੋਕ ਬ੍ਰਹਮ ਦੇ ਨਾਲ ਬ੍ਰਹਮਦਾਸ ਦੇ ਨਾਲ ਕੀਤਾ। ਪਰ ਜਦੋਂ ਆਪਾਂ ਗੁਰਬਾਣੀ ਜੀ ਨੂੰ ਪੜ੍ਹਦੇ ਹਾਂ, ਇਟ ਸੇ ਸਲੋਕ ਮਾਲਾ ਤੀਜਾ, ਸੋ ਦੈਟ ਕਲੈਰੀਫਾਈਜ਼ ਵੈਰੀ ਕਲੀਅਰਲੀ ਵੀ ਜਿਹੜਾ ਵੀ ਉਹ ਵਰਜਨ ਆਪਾਂ ਮੈਨੂਸਕ੍ਰਿਪਟ ਦਾ ਹੁਣ ਦੇਖ ਕੇ ਹਟੇ ਹਾਂ, ਦਿਸ ਕੁਡ ਨੋਟ ਹੈਵ ਬਿਨ ਡਨ ਬਿਫੋਰ ਤੀਜੀ ਪਾਤਸ਼ਾਹੀ। ਇਜ਼ ਇਟ ਕਲੀਅਰ? ਵੈਰੀ ਵੈਰੀ ਸਿੰਪਲ ਰਾਈਟ। ਸੋ ਮਤਲਬ ਉਹ ਸਿੰਪਲੀ ਬਹੁਤ ਕਲੀਅਰਲੀ ਫੜਾ ਜਾਂਦਾ, ਉਹ ਬੰਦਾ ਫੜ ਕੇ ਤੂੰ ਹੋਇਆ ਕਿਉਂਕਿ ਜਿਹੜਾ ਸਲੋਕ ਐਂਡ ਹੁੰਦਾ ਸੀ ਉਹਦੇ ਵਿੱਚ ਨਾਨਕ ਲਿਖਿਆ ਹੋਇਆ ਸੀ, ਸੋ ਜਿਹੜਾ ਬੰਦਾ ਲਿਖ ਰਿਹਾ ਉਹੀ ਥੋਟ ਕਿ ਇਟ ਵਾਜ਼ ਏ ਕੰਪੋਜੀਸ਼ਨ ਆਫ ਗੁਰੂ ਨਾਨਕ, ਸੋ ਹੀ ਕਨੈਕਟਡ ਦ ਡੋਟ, ਸੋ ਸਾਰੀ ਸਟੋਰੀ ਬਣਾ ਕੇ ਜਿੱਦਾਂ ਵੀ ਉਹ ਬਣਾਉਂਦੇ ਹੁੰਦੇ ਆ ਦੇਹਡਾ ਨੇ। ਲੈਟਸ ਕੁਇਕਲੀ ਗੋ ਟੂ ਨੈਕਸਟ ਸਲਾਈਡ। ਇੱਕ ਹੋਰ ਹੈਗੀ ਆ, ਇੱਥੇ ਗੁਰੂ ਸਾਹਿਬ ਮਦੀਨਾ ਜਾਂਦੇ ਆ, ਵਟ ਹੈਪਨਸ ਇਨ ਮਦੀਨਾ? ਉਹ ਕਹਿੰਦੇ ਮੁੱਲਾਂ ਕਹਿੰਦਾ ਕਾਫਰਾ ਤੂੰ ਕੁਛ ਬੋਲਦਾ ਹੈ, ਅੱਲਾ ਨੂੰ ਤੂੰ ਜਾਣਦਾ ਨਹੀਂ, ਅੱਲਾ ਦੇ ਰਸੂਲ ਨੂੰ ਤੂੰ ਨਹੀਂ ਜਾਣਦਾ, ਨਾ ਤੂੰ ਨਮਾਜ਼ ਜਾਣਦਾ, ਨਾ ਤੂੰ ਰੋਜ਼ਾ ਜਾਣਦਾ, ਤੂੰ ਆਇਆ ਕਿੱਥੋਂ ਹੈ? ਤੁਹਾਨੂੰ ਕੋਈ ਅਰਬ ਮਾਰ ਘੱਤਦਾ ਹੈ, ਤੁਸੀਂ ਇੱਥੋਂ ਜਾਓ। ਗੁਰੂ ਜੀ ਨੇ ਸ਼ਬਦ ਬੋਲਿਆ ਮਾਰੂ ਮਹੱਲਾ ਪਹਿਲਾ, ਅੱਲਾ ਆਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹ ਦਰਵੇਸ ਕਬੂਲ ਦਰਾ। ਹੁਣ ਦੇਖੋ ਸਟੋਰੀ 'ਚ ਕਿੱਦਾਂ ਫਿੱਟ ਹੁੰਦਾ, ਕਿਉਂਕਿ ਆਪਾਂ ਬੈਠੇ ਸੁਣਦੇ ਹਾਂ ਪਿੰਡਾਂ 'ਚ ਲੋਕ ਇੱਦਾਂ ਜਨਮਸਾਖੀ ਸੁਣਦੇ ਸੀ, ਇੱਕ ਬੰਦਾ ਬੋਲਦਾ ਹੁੰਦਾ, ਸਾਰੇ ਬੈਠੇ ਹਾਂ, ਆਪਾਂ ਲੇਵ ਲੱਗ ਜਾਂਦੀ, ਆਪਾਂ ਮਦੀਨਾ ਪਹੁੰਚ ਜਾਂਦੇ ਹਾਂ ਵਰਚੁਅਲੀ। ਉੱਥੇ ਤਾਂ ਸੀਨ ਕ੍ਰੀਏਟ ਹੋ ਗਿਆ ਕਿ ਗੁਰੂ ਸਾਹਿਬ ਇਹ ਉਹਨਾਂ ਦਾ ਜਿਹੜਾ ਹੈੱਡ ਹੈਗਾ ਇਮਾਮ ਹੈਗਾ ਉਹਨੂੰ ਇਹ ਗੱਲ ਕਹਿ ਰਹੇ ਆ ਕਿ ਉਹ ਕਿਉਂਕਿ ਅੱਲਾ ਵਾਲੀ ਲਾਈਟ ਆ ਗਈ ਨਾ, ਮਤਲਬ ਮੁਸਲਿਮ ਟੱਚ ਆ ਗਿਆ, ਸੋ ਹੀ ਜਨਮਸਾਖੀ ਲਿਖਣ ਵਾਲੇ ਨੇ ਹੀ ਯੂਜ਼ ਦੈਟ ਸਲੋਕ ਫੋਰ ਗੁਰੂ ਨਾਨਕ ਦੇਵ ਜੀ। ਬਟ ਵੈਨ ਵੀ ਗੋ ਟੂ ਦ ਨੈਕਸਟ ਸਲਾਈਡ, ਇਟਸ ਐਕਚੁਲੀ ਮਾਰੂ ਮੁਹੱਲਾ ਪੰਜਵਾਂ। ਇਹ ਬਾਣੀ ਪੰਜਵੇਂ ਪਾਤਸ਼ਾਹੀ ਦੀ ਹੈਗੀ, ਪਹਿਲੇ ਪਾਤਸ਼ਾਹੀ ਦਾ ਵੇਲੇ ਤਾਂ ਇਹ ਬਾਣੀ ਸੀਗੀ ਨਹੀਂ, ਸੋ ਦੈਟ ਪਰਸਨ ਦੈਟ ਮੀਨਸ ਜਿਹਨੇ ਵੀ ਇਹ ਮੈਨੂਸਕ੍ਰਿਪਟ ਲਿਖੀ ਹੈ ਜਾਂ ਉਹਨੇ ਵਿੱਚ ਉਹਦੇ ਐਡੀਸ਼ਨ ਕੀਤੀ ਹੈ, ਰਫਿਰ ਕੀਤੀ ਹੈ, ਉਹਨੇ ਪੰਜਵੇਂ ਪਾਤਸ਼ਾਹੀ ਦੇ ਸਮੇਂ ਤੋਂ ਵੀ ਬਾਅਦ ਕੀਤੀ ਹੈ, ਬਿਕੋਜ਼ ਹੀ ਮਿਸਟੇਕਨਲੀ ਯੂਜ ਦੈਟ ਐਂਡ ਮਿਸ ਦਾ ਵਰਡ ਮਾਰੂ ਮੁਹੱਲਾ ਪੰਜਵਾਂ। ਜੇ ਹੁਣ ਆਪਾਂ ਉਹਦੇ 'ਚ ਜਾਂਦੇ ਹਾਂ, ਹੀ ਹੈਜ਼ ਚੇਂਜ ਟੂ ਮਾਰੂ ਮੁਹੱਲਾ ਪਹਿਲਾ, ਸੋ ਹੀ ਇਜ਼ ਚੇਂਜਿੰਗ ਟੂ ਮਾਰੂ ਮੁਹੱਲਾ ਪਹਿਲਾ ਬਾਏ ਮਿਸਟੇਕ, ਕਲੈਰੀਕਲ ਮਿਸਟੇਕ, ਔਰ ਜਸਟ ਸਮਵਨ ਇਜ਼ ਸਪੀਕਿੰਗ ਐਂਡ ਹੀ ਡਿਡਨਟ ਕੈਚ ਦੈਟ ਪੁਆਇੰਟ, ਬਟ ਇਟ ਹੈਲਪਸ ਅਸ ਟੂਡੇ ਦੈਟ ਵੀ ਕੈਨ ਕੈਚ ਦੇਅਰ ਮਿਸਟੇਕਸ, ਐਂਡ ਇਟਸ ਨੋਟ ਈਜ਼ੀ ਟੂ ਕੈਚ ਦੇਅਰ ਮਿਸਟੇਕਸ। ਉਹ ਹਜ਼ਾਰ ਗੱਲਾਂ ਲਿਖ ਕੇ ਇੱਕ ਅੱਧੀ ਗਲਤੀ ਮਸੀਹ ਉਹਨਾਂ ਕੋਲ ਹੁੰਦੀ ਹੈ, ਦੇ ਆਰ ਐਕਸਟ੍ਰੀਮਲੀ ਸਮਾਰਟ ਪੀਪਲ ਜਿਹਨਾਂ ਨੇ ਇਹ ਜਨਮਸਾਖੀਆਂ ਦਾ ਕੰਮ ਕੀਤਾ ਹੋਇਆ। ਓਕੇ, ਆਹ ਹੈਗੀ ਅੱਜ ਦੀ ਲਾਸਟ ਸਲਾਈਡ ਅਬਾਊਟ ਦਿਸ ਟੋਪਿਕ। ਫਰੀਦਾ ਜੋ ਤੇ ਮਰਨ ਮੁਕੀਆਂ ਤਿੰਨਾਂ ਨੇ ਮਾਰੇ ਘੁੰਮ, ਆਪਣੇ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਡਸ ਐਨੀਵਨ ਨੋ ਦ ਹਿਸਟੋਰੀਕਲ ਸਿਗਨੀਫਿਕੈਂਸ ਆਫ ਦਿਸ ਪਰਟੀਕੁਲਰ ਸਲਾਈਡ? Moral is one, historical significance. This changed the whole entire course of history, how we read about Freed Bani. Max Arthur McAuliffe was the first one who said, 1919 the book is, he's very popular, he's well respected in Sikh history. That is Sheikh Freed di Bani ni hagi. Guru sahab jinu mile sige, Freed Sani unu Sheikh Abraham ya Sheikh Brahm bhi kaya janda si, bhi odi bani sige hai. Patan jande Guru sahab bani lehen. He was popularly known as Freed, jinu Guru sahab jake milde hai. Then some Sikh scholars tried to contradict, but there was no proof. Proof de liye apan nu ki chahida hai ki apan nu chahida hai ki Guru Nanak Sahib to pehla di koi bani idan di mil jave jithe Sheikh Fareed de eh slok hon jehde apan Sikh padde han. K.A. Nazmi, Khalik Ahmed Nazmi, he was VC of Aligarh Muslim University. He was even Indian ambassador of Syria. The reason I'm telling his designation is he's a very well known scholar and he is considered the authority on Sheikh Fareed. He published a book Life and Times of Sheikh Fareed Gaj Shankar in 1955, in which he writes that this Bani is of Freed Sani, not of Sheikh Freed. In 1987, he again republished his same book, in which he changed his instant. He said ki eh jehdi Bani Sikh holy scriptures hai gi original Sheikh Freed de vich hi hai. So within 21st century, anyone Karl Ernst
Carlons, no, okay. Carlons is a very famous Islamic scholar. It's a North Carolina, the American. He was doing research on Sheikh Farid ji. So he went to Aurangabad, center of Sheikh Farid. Anyone? Khuldabad. Khuldabad is a city where Sheikh Farid chelle hoye Nizamuddin Auliya, Nizamuddin ne unna de ek hor chelle ga, unna da main center jehde unne khanqa si, oh Khuldabad si. Oh Khuldabad ch Sheikh Farid de dohyan di research kar reha si when he found this very interesting book, which is Hidayatul Qulub vi Inayatul Qulub. A book likhi hoyi hai Mir Hasan di, jehdi 1344 aur 1367 de vich complete hoyi hai, matlab Guru Nanak Dev ji to pehla hoyi hai jehde vich ਉਹਨਾਂ ਦਾ ਜਿਹੜਾ ਉਹਨਾਂ ਦੇ ਸੱਤ ਦੋਹੇ ਹੈਗੇ ਆ। ਹੁਣ ਜਿਹੜੀ ਆਪਣੀ ਫਰੀਦ ਬਾਣੀ ਹੈਗੀ ਆ ਉਹਦੇ ਵਿੱਚੋਂ ਆਹ ਵਾਲਾ ਜਿਹੜਾ ਦੋਹਾ ਆ ਉਹਦੇ ਵਿੱਚ ਮਿਲਿਆ। ਆਲ ਸਿੱਖ ਸਕਾਲਰਸ ਆਰ ਐਟ ਈਜ਼ ਬਿਕੋਜ਼ ਨਾਓ ਇਟ ਕੈਨ ਬੀ ਕਨੈਕਟਡ ਕਿ ਇਹ ਬਾਣੀ ਜਿਹੜੀ ਹੈਗੀ ਆ, ਆਹ ਜਿਹੜੀ ਕਿਤਾਬ ਹੈਗੀ ਆ, ਗੁਰੂ ਸਾਹਿਬ ਤੋਂ ਪਹਿਲਾਂ ਦੀ ਹੈਗੀ ਆ, 1347 ਗੁਰੂ ਸਾਹਿਬ ਪਹਿਲਾਂ ਦੀ ਆ, ਉਹਦੇ ਵਿੱਚ ਉਹ ਬੰਦਾ ਲਿਖ ਰਿਹਾ ਉਹਨਾਂ ਦਾ ਜਿਹੜਾ ਉਸ ਵੇਲੇ ਦਾ ਗੱਦੀ ਨਸ਼ੀਨ ਹੈ। ਹੀ ਇਜ਼ ਟੈਲਿੰਗ ਦਿਸ ਪੁਆਇੰਟ ਕਿ ਇਹ ਸ਼ੇਖ ਫਰੀਦ ਦੇ ਸਲੋਕ ਹੈ ਕਿ ਸਾਰੇ ਤਾਂ ਨਹੀਂ ਮਿਲੇ ਬਟ ਐਟਲੀਸਟ ਵੀ ਗੋਟ ਵਨ। It's not 100% same wording, it's, there are one or two differences, but unna ki differences jitta pehla gal karde hade, we should read it. His book's name is The Eternal Garden. It's by Carl Ernst. Okay, hun last aj swear de apan gal karde aa rahe haan ki naam ki hona chahida, matlab ki jadon oh chuni peer kamal gaye hai utthe ja ke utthe vaishno log sige, and then oh kehnde hai bhai ram ram da phir matlab da dasso bhai ram naam hai ki ram nu milna kidda hai, matlab how do we achieve this lord. Guru sahab kehnde hai bhai eh jada name hai ga ya, it has no form or outline. ਇਹ ਤੁਹਾਡੇ ਅੰਦਰੋਂ ਅਨਹਦ ਦੀ ਆਵਾਜ਼ ਹੀ ਵੱਜਦੀ ਹੈ, ਮਤਲਬ ਦੈਟਸ ਹਾਊ ਯੂ ਵਿਲ ਗੈਟ ਕਨੈਕਟ ਟੂ ਇਟ। ਇਸੇ ਕਰਕੇ ਆਪਣੀ ਬਾਣੀ 'ਚ ਕਿੰਨੀ ਵਾਰੀ ਅੱਲਾ ਆਉਂਦਾ, ਰਾਮ ਆਉਂਦਾ, ਮਤਲਬ ਦੀਜ਼ ਆਲ ਆਰ ਡਿਫਰੈਂਟ ਨੇਮਸ। ਇਟਸ ਕਿੰਨੀਆਂ ਆਪਾਂ ਸਵੇਰ ਦੀ ਸਪੀਚ ਸੁਣੀਆਂ, ਸਾਰਿਆਂ ਨੇ ਜ਼ਬਰਦਸਤ ਕੀਤੀਆਂ, ਸਾਰਿਆਂ ਦਾ ਇਹੀ ਹੈਗਾ ਐਂਡ ਪੇ, ਇਟਸ ਯੂਅਰ ਗੁੱਡ ਐਕਸ਼ਨਸ ਐਂਡ ਕਰੈਕਟਰਸ ਥਰੂ ਆਊਟ ਦਾ ਡੇ। ਬਟ ਆਈ ਹੈਵ ਵਨ ਕੁਐਸਚਨ ਫਾਰ ਯੂ ਆਲ। ਆਪਾਂ ਸਵੇਰ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹਾਂ। ਦਿਸ ਇਜ਼ ਬਾਈ ਦ ਵੇ ਮਾਈ ਬੁੱਕ ਦੈਟਸ ਗੋਇੰਗ ਟੂ ਬੀ ਕਮਿੰਗ ਇਨ ਡਿਸੰਬਰ, ਦੈਟਸ ਮਾਈ ਈਮੇਲ ਇਫ ਐਨੀਬਾਡੀ ਹੈਜ਼ ਐਨੀ ਕੁਐਸਚਨ। ਦਿਸ ਇਜ਼ ਦਾ ਨੇਮ ਐਕਚੁਅਲੀ, ਪੰਜਵੇਂ ਪਾਤਸ਼ਾਹ ਨੇ ਉਹਨੂੰ ਕੀ ਨੇਮ ਦਿੱਤਾ? ਓਕੇ ਗੁੱਡ, ਸੋ ਲੈਟਸ ਟਾਕ ਅਬਾਊਟ ਦੈਟ ਲਿਟਲ ਬਿਟ। ਸੋ ਆਊਟ ਆਫ ਇਟ, ਅੱਜ ਜਿਹੜੀ ਕਰਤਾਰਪੁਰੀ ਭੀੜ ਹੈਗੀ ਆਪਾਂ ਉਹਨੂੰ ਔਥੈਂਟਿਕ ਮੰਨਦੇ ਹਾਂ, ਜਿਹੜੀ ਸੋਢੀ ਪਰਿਵਾਰ ਕੋਲ ਹੈਗੀ ਆ। ਸੋ ਨੋਟ ਮੈਨੀ ਪੀਪਲ ਹੈਵ ਬਿਨ ਏਬਲ ਟੂ ਰਿਸਰਚ ਦੈਟ। ਭਾਈ ਕਾਨ ਸਿੰਘ ਨਾਭਾ ਗਏ ਪਹਿਲਾਂ, ਵਟ ਇਜ਼ ਰਾਈਟਿੰਗ 974 ਪੱਤਰੇ। ਭਾਈ ਕਾਨ ਸਿੰਘ ਨਾਭਾ ਨੇ ਇੱਦਾਂ ਵਰਡਿੰਗ ਲਿਆਂਦੀ ਜਿਹਦੇ 'ਚ ਦੋ ਵਰਡ ਆਏ, ਇੱਕ ਪੋਥੀ ਆਇਆ ਐਜ਼ ਐਵਰੀਬਾਡੀ ਸੈਡ, ਦੂਸਰਾ ਆਇਆ ਗੁਰੂ ਬਾਬਾ। ਸੋ ਦੋਜ਼ ਆਰ ਦਾ ਟੂ ਵਰਡਸ ਹੀ ਫਾਊਂਡ ਇਨ ਦੈਟ ਪਰਟੀਕੁਲਰ ਭੀੜ। ਬਟ ਪ੍ਰੋਫੈਸਰ ਜੋਧ ਸਿੰਘ, ਪ੍ਰਿੰਸੀਪਲ ਜੋਧ ਸਿੰਘ ਜਿਹੜੇ ਮੁੜ ਕੇ VC ਵੀ ਬਣੇ ਆ, ਕਾਊਂਟਰਸ ਦੈਟ। ਉਹ ਕਹਿੰਦੇ ਵੀ ਨਹੀਂ, ਜਦੋਂ ਮੈਂ ਗਿਆ ਉਹ, ਔਰ ਪਲੱਸ ਜਿਹੜੀ ਪਹਿਲੀ ਲਾਈਨ ਸੀਗੀ ਸੰਮਤ 1661 ਵਾਲੀ, ਇਹ ਟੇਬਲ ਆਫ ਕੰਟੈਂਟਸ ਦੇ ਉੱਪਰ ਲਿਖੀ ਹੋਈ ਹੈ। ਪਰ ਪੋਥੀ ਜਿਹੜਾ ਵਰਡ ਹੈਗਾ ਉਹ ਦੋਵਾਂ ਨੇ ਯੂਜ਼ ਕਰ ਲਿਆ। ਸੋ ਇਫ ਯੂ ਰੀਅਲੀ ਵਾਂਟ ਟੂ ਸੀ ਇਜ਼ ਦਾ ਪੋਥੀ ਇਜ਼ ਵਰਡ, ਵੈਸੇ ਜਿਹੜਾ ਆਦਿ ਵਰਡ ਹੈਗਾ ਟੈਕਨੀਕਲੀ ਇਟ ਇਜ਼ ਵਾਈਡਲੀ ਯੂਜ਼ਡ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਦਿ ਗੁਰੂ ਨਵੇਂ, ਜੁਗਾਦ ਗੁਰੂ ਨਵੇਂ, ਸਤਿਗੁਰੂ ਨਵੇਂ, ਸ਼੍ਰੀ ਗੁਰਦੇਵ ਨਵੇਂ, ਉਹਦੇ ਵਿੱਚ ਜਿਹੜਾ ਆਦਿ ਵਰਡ ਹੈ ਉਹਨੂੰ ਸਭ ਤੋਂ ਪਹਿਲਾਂ ਕੀਤਾ ਗਿਆ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ, ਬਿਫੋਰ ਟਾਈਮ ਐਂਡ ਸਪੇਸ। ਸੋ ਇਟ ਡਜ਼ ਮੇਕ ਸੈਂਸ ਟੂ ਸੇ ਇਟ ਆਦਿ ਬਾਣੀ, ਬਟ ਆਈ ਵੋਂਟ ਗੋ ਇਨ ਟੂ। ਥੈਂਕ ਯੂ ਸੋ ਮੱਚ। ਜੇ ਕੋਈ ਗਲਤੀ ਹੋਈ ਹੋਵੇ ਬੋਲਦੇ ਹਾਂ, ਸੋ ਆਈ ਰੀਅਲੀ ਅਪੋਲੋਜਾਈਜ਼ ਐਂਡ ਆਈ ਨੀਡ ਯੂਰ ਰਿਮਾਰਕਸ ਲੇਟਰ ਔਨ ਮਾਈ ਈਮੇਲ ਸੋ ਦੈਟ ਆਈ ਕੈਨ ਇੰਪਰੂਵ ਇਟ। ਥੈਂਕ ਯੂ ਸੋ ਮੱਚ।